ਤੁਹਾਨੂੰ ਵੀ ਫੋਨ ਕੀਤਾ ਸੀ ਕਿਹਾ ਸੀ ਸਾਡਾ ਸੁਪਨਿਆਂ ਦਾ ਘਰ ਬਣ ਰਿਹਾ ਇਹ ਥੋੜਾ ਹੀ ਡੈਫੀਨੇਸ਼ਨ ਥੋੜਾ ਸਮਝਾਓ ਵਿਸਤਾਰ ਦੇ ਵਿੱਚ ਕੀ ਹੈ ਕੀ ਹੈ ਸੁਪਨਿਆਂ ਦਾ ਘਰ ਕਿਉਂ ਕਿਹਾ ਗਿਆ ਔਰ ਕਿਹੜੇ ਲੋਕ ਜਿਹੜੇ ਨੇ ਇੱਥੇ ਰਹਿਣਗੇ ਕਿਤੇ ਬੇਸਹਾਰਾ ਲੋਕ ਤੁਰੇ ਫਿਰਦੇ ਨੇ ਨਾ ਉਹਨਾਂ ਵਾਸਤੇ ਆਪਾਂ ਇਹ ਸੁਪਨਿਆਂ ਦਾ ਘਰ ਦੀ ਸਾਰੀ ਚਲਾ ਰਹੇ ਹਾਂ ਇਹਨਾਂ ਤੋਂ ਪ੍ਰੇਰਣਾ ਲੈਂਦਾ ਇਹਨਾਂ ਬਹੁਤ ਸੋਹਣਾ ਕੰਮ ਕਰਦੇ ਸੀਗੇ ਇਹਨਾਂ ਵੱਲ ਵੇਖ ਕੇ ਇਹਨਾਂ ਨਾਲ ਤੁਰਨਾ ਸ਼ੁਰੂ ਕੀਤਾ ਲਾਈਫ ਹਾਡੀ ਤੇ ਚੇਂਜ ਕੀਤੀ ਬਾਕੀ ਜਿਨ੍ਹਾਂ ਦਾ ਘਰ ਨਹੀਂ ਹੈਗਾ ਰੋਡ ਦੇ ਉੱਤੇ ਘੁੰਮਦੇ ਫਿਰਦੇ ਹੈਗੇ ਆ ਜਾਂ ਜਿਨ੍ਹਾਂ ਦਾ ਵਿਚਾਰਿਆਂ ਦੇ ਛੱਤ ਨਹੀਂ ਹੈਗੀ ਉਹਨਾਂ ਲਈ ਛੱਤ ਬਣਾਉਂਦੇ ਪਏ ਇਹਨਾਂ ਦੀ ਸੋਚ ਬਹੁਤ ਉੱਚੀ ਸੀਗੀ ਅਤੇ ਇਹਨਾਂ ਦੀ ਸੋਚ ਨੂੰ ਆਪਾਂ ਜੀ ਸੋਚ ਵੇਖ ਕੇ ਇਹਨਾਂ ਦੇ ਨਾਲ ਤੁਰੇ ਹਾਂ ਮੈਂ ਕਹਿੰਦਾ ਕਿ ਸਮਾਜ ਦੇ ਅੰਦਰ ਜਿਹੜਾ ਮਿਸ਼ਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਸੀ ਉਹ ਉਹਨਾਂ ਦਾ ਸੁਪਨਾ ਸਾਕਾਰ ਕਰਨ ਇਹ ਬੱਚੇ ਜਾ ਰਹੇ ਆ ਜੰਗ ਮੈਨ ਨੇ ਔਰ ਜਦੋਂ ਮੈਂ ਆਲੇ ਦੁਆਲੇ ਝਾਤੀ ਮਾਰਦਾ ਕੈਪਸੂਲ ਗੋਲੀਆਂ ਨਸ਼ੇ ਦੇ ਟੀਕੇ ਚਿੱਟਾ ਇੰਨਾ ਕੁ ਸਮਾਜ ਦੀ ਦੁਰਗਤੀ ਹੋ ਰਹੀ ਹੈ ਨੌਜਵਾਨ ਮਰ ਰਹੇ ਆ ਪਰ ਇਹਨਾਂ ਬੱਚਿਆਂ ਵੱਲ ਦੇਖ ਕੇ ਉਹਨਾਂ ਜੀਆਂ ਨੂੰ ਉਹਨਾਂ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਸੀਂ ਵੀ ਆਪਣੇ ਜੀਵਨ ਨੂੰ ਬਰਬਾਦ ਨਾ ਕਰੀਏ ਸਤਿ ਸ਼੍ਰੀ ਅਕਾਲ ਜੀ ਕੇ ਆਰ ਟੀ ਨਿਊਜ਼ ਦੇਖ ਰਹੇ ਹੋ ਅਤੇ ਮੈਂ ਹਾਂ ਰਾਜੇਸ਼ ਅਲੂਣਾ ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਔਰ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸੋ ਦੱਸ ਦਈਏ ਕਿ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ ਤਾਂ ਇੱਕ ਐਸੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਤਾਂ ਬਣੇਗਾ ਹੀ ਬਣੇਗਾ ਨਾਲ ਦੀ ਨਾਲ ਜਿਸ ਖੇਤਰ ਤੋਂ ਅਸੀਂ ਇਹ ਖਬਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਵਿੱਚ ਇੱਕ ਸਰਬੱਤ ਦਾ ਭਲਾ ਜਿਹੜੀ ਸੁਸਾਇਟੀ ਹੈ ਉਹਨਾਂ ਵੱਲੋਂ ਜਿਹੜਾ ਹੈ ਇੱਕ ਉਪਰਾਲਾ ਕੀਤਾ ਗਿਆ ਹੈ ਕੀ ਉਪਰਾਲਾ ਹੈ ਗੱਲਬਾਤ ਕਰ ਲੈਂਦੇ ਪਹਿਲੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਮੇਰੇ ਸੱਜੇ ਪਾਸੇ ਜਿਹੜਾ ਕੈਮਰੇ ਦਾ ਰੁਖ ਕੀਤਾ ਜਾਵੇ ਕਿ ਇੱਕ ਕਹਿ ਲਈਏ ਕਿ ਇੱਕ ਸੁਪਨਿਆਂ ਦਾ ਘਰ ਜਿਹਨੂੰ ਕਹਿ ਸਕਦੇ ਹਾਂ ਉਹ ਬਣ ਕੇ ਤਿਆਰ ਹੁੰਦਾ ਪਿਆ ਹੈ ਇਸ ਘਰ ਦੇ ਵਿੱਚ ਕੌਣ ਰਹੇਗਾ ਗੱਲਬਾਤ ਕਰ ਲੈਂਦੇ ਸੁਸਾਇਟੀ ਮੈਂਬਰਸ ਸਾਡੇ ਨਾਲ ਮੌਜੂਦ ਹੈ ਭਾਅ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਹਾਂਜੀ ਆਪਾਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੀਨਾਨਗਰ ਚਲਾਉਂਦੇ ਹਾਂ ਜੀ 5 ਸਾਲ ਤੋਂ ਸੇਵਾ ਕਰਦੇ ਆ ਰਹੇ ਸੀ ਅਤੇ ਇਹ ਤੁਸੀਂ ਦੇਖ ਹੀ ਰਿਹਾ ਜੀ ਜੋ ਅੱਜ ਲੈਂਟਰ ਦਾ ਤੁਸੀਂ ਜਦੋਂ ਸਾਨੂੰ ਵੀ ਫੋਨ ਕੀਤਾ ਸੀ ਕਿਹਾ ਸੀ ਸਾਡਾ ਸੁਪਨਿਆਂ ਦਾ ਘਰ ਬਣ ਰਿਹਾ ਇਹ ਥੋੜ੍ਹਾ ਹੀ ਡੈਫੀਨੇਸ਼ਨ ਥੋੜ੍ਹਾ ਸਮਝਾਓ ਵਿਸਤਾਰ ਦੇ ਵਿੱਚ ਕੀ ਹੈ ਕੀ ਹੈ ਸੁਪਨਿਆਂ ਦਾ ਘਰ ਕਿਉਂ ਕਿਹਾ ਗਿਆ ਔਰ ਕਿਹੜੇ ਲੋਕ ਜਿਹੜੇ ਨੇ ਇੱਥੇ ਰਹਿਣਗੇ ਕਿਤੇ ਬੇਸਹਾਰਾ ਲੋਕ ਤੁਰੇ ਫਿਰਦੇ ਨੇ ਹੈ ਨਾ ਉਹਨਾਂ ਵਾਸਤੇ ਆਪਾਂ ਇਹ ਸੁਪਨਿਆਂ ਦਾ ਘਰ ਦੀ ਸਾਰੀ ਚਲਾ ਰਹੇ ਹਾਂ ਜੀ ਭਾਅ ਜੀ ਹੁਣ ਟੋਟਲ ਕਿੰਨੇ ਜਿਹੜੇ ਬੇਸਹਾਰਾ ਲੋਕ ਜਿਹੜੇ ਨੇ ਤੁਸੀਂ ਲੈ ਕੇ ਆਏ ਹੋ ਕਿੰਨਿਆਂ ਨੂੰ ਉਹਨਾਂ ਦੇ ਘਰ ਦੇ ਵਿੱਚ ਪਹੁੰਚਾਇਆ ਤਕਰੀਬਨ 7-8 ਜਿਹੜੇ ਲੋਕ ਆ ਉਹ ਆਪਾਂ ਘਰਾਂ 'ਚ ਪਹੁੰਚਾ ਸਕੇ ਹਾਂ ਜੀ ਬਿਹਾਰ ਯੂਪੀ ਮਲੇਰਕੋਟਲਾ ਜਿੱਦਾਂ ਬੱਚੇ ਹੀ ਭੈਣਾਂ ਸੀ ਨਾਲ ਠੀਕ ਹੈ ਜੀ ਅਤੇ ਉਹ ਵੀ ਆਪਾਂ ਪਹੁੰਚਾਏ ਆ ਅਤੇ ਇੱਕ ਅਤੇ 4-5 ਆਪਾਂ ਲੋਕਾਂ ਦੇ ਘਰਾਂ 'ਚੋਂ ਛਡਵਾਏ ਆ ਜਿਹੜੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਇੱਕ ਅਕਾਲੀ ਮੁੰਡਾ ਲਿਆਂਦਾ ਜੀ ਉਹ 3-4 ਸਾਲ ਤੋਂ ਖੇਤਾਂ ਦੇ ਵਿੱਚ ਰਹਿ ਰਿਹਾ ਸੀ ਅਤੇ ਫਿਰ ਉਹ ਰੋਟੀ ਪਾਣੀ ਮਤਲਬ ਕਿ ਕੁਛ ਨਹੀਂ ਖਾਂਦਾ ਰਿਹਾ ਬਸ ਜੋ ਕਿਹੜੀ ਜਗ੍ਹਾ ਤੋਂ ਲੈ ਕੇ ਇਹ ਚਿੱਟੀ ਪਿੰਡ ਤੋਂ ਮਿਲਿਆ ਜੀ ਬਾਹਰ ਸ਼ਮਸ਼ਾਨ ਘਾਟ ਦੇ ਲਾਗੋ ਘੁਮਾਰ ਦੇ ਵਿੱਚੋਂ ਓਕੇ ਅਤੇ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਸੀ ਤੁਸੀਂ ਵੀਡੀਓ ਦੇਖ ਹੀ ਲਿਓ ਭਾਅ ਜੀ ਕਿੱਦਾਂ ਪ੍ਰੇਰਨਾ ਆਈ ਇਸ ਚੀਜ਼ ਦੀ ਕਿ ਮਤਲਬ ਇਸ ਚੀਜ਼ ਨੂੰ ਸੁਸਾਇਟੀ ਬਣਾਈ ਹੈ ਨਾਲ ਯੰਗਸਟਰ ਵੀ ਹੈਗੇ ਆ ਬਜ਼ੁਰਗ ਵੀ ਨਾਲ ਖੜੇ ਆ ਔਰ ਮਤਲਬ ਘਰ ਵੀ ਬਣ ਰਿਹਾ ਔਰ ਕੀ ਮਨ ਦੇ ਵਿੱਚ ਪ੍ਰੇਰਨਾ ਆਈ ਕਿ ਇਸ ਕੰਮ ਨੂੰ ਜਿਹੜਾ ਹੈ ਨਹੀਂ ਤਾਂ ਤੁਹਾਡੀ ਜਿਹੜੀ ਉਮਰ ਦੇ ਲੋਕ ਨੇ ਜਾਂ ਮੁੰਡੇ ਨੇ ਉਹ ਹੋਰਨਾਂ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਨੇ ਕੀ ਦਿਲ ਦੇ ਵਿੱਚ ਧਾਰਨਾ ਆਈ ਜੋ ਇਸ ਕੰਮ ਨੂੰ ਜਿਹੜਾ ਅੱਗੇ ਵਧਾ ਰਹੇ ਹੋ ਦੇਖੋ ਜੀ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਹੀ ਆ ਜਿਹਦੇ ਲਈ ਕਿਰਪਾ ਹੋਈ ਆ ਆਪਾਂ ਉਹੀ ਪਰਮਾਤਮਾ ਸੋਝ ਹੀ ਪਾਉਂਦਾ ਇਨਸਾਨ ਦੇ ਅੰਦਰ ਉਹਨਾਂ ਨੇ ਸਾਨੂੰ ਡਿਊਟੀ ਲਾਈ ਤਾਂ ਆਪਾਂ ਹੁਣ ਸੇਵਾ ਕਰ ਰਹੇ ਹਾਂ ਸਾਰੀ ਟੀਮ ਦੇ ਮੈਂਬਰ ਤੁਸੀਂ ਦੇਖ ਰਹੇ ਹੋ ਨਾਲ ਜੁੜੇ ਆ ਵੱਡੇ ਆ ਸਾਰੇ ਸੀਨੀਅਰ ਆ ਸਾਡੇ ਤੋਂ ਅਤੇ ਸਾਰੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲਦੇ ਆ ਜੀ ਸੋ ਕੁਝ ਹੋਰ ਵੀ ਸੁਸਾਇਟੀ ਮੈਂਬਰ ਇੱਥੇ ਮੌਜੂਦ ਆ ਗੱਲਬਾਤ ਕਰ ਲੈਂਦੇ ਭਾਅ ਜੀ ਕੀ ਨਾਮ ਮੇਰਾ ਨਾਮ ਜੀ ਅਮਨਦੀਪ ਆ ਰਣਜੀਤ ਬਾਗ ਪਿੰਡ ਆ ਮੇਰਾ ਮੈਂ ਜੀ ਮੈਨੂੰ ਹੋ ਗਏ 3-4 ਸਾਲ ਭਾਅ ਜੀ ਹੋਰਾਂ ਨਾਲ ਜੁੜਿਆ ਅਤੇ ਇਹਨਾਂ ਤੋਂ ਪ੍ਰੇਰਣਾ ਲੈਂਦਾ ਇਹਨਾਂ ਨੇ ਬਹੁਤ ਸੋਹਣਾ ਕੰਮ ਕਰਦੇ ਸੀਗੇ ਇਹਨਾਂ ਵੱਲ ਵੇਖ ਕੇ ਇਹਨਾਂ ਨਾਲ ਤੁਰਨਾ ਸ਼ੁਰੂ ਕੀਤਾ ਲਾਈਫ ਹਾਡੀ ਤੇ ਚੇਂਜ ਕੀਤੀ ਬਾਕੀ ਜਿਨ੍ਹਾਂ ਦਾ ਘਰ ਨਹੀਂ ਹੈਗਾ ਰੋਡ ਦੇ ਉੱਤੇ ਘੁੰਮਦੇ ਫਿਰਦੇ ਹੈਗੇ ਆ ਜਾਂ ਜਿਨ੍ਹਾਂ ਦਾ ਵਿਚਾਰਿਆਂ ਦੇ ਛੱਤ ਨਹੀਂ ਹੈਗੀ ਉਹਨਾਂ ਲਈ ਛੱਤ ਬਣਾਉਂਦੇ ਪਏ ਇਹਨਾਂ ਦੀ ਸੋਚ ਬਹੁਤ ਉੱਚੀ ਸੀਗੀ ਅਤੇ ਇਹਨਾਂ ਦੀ ਸੋਚ ਨੂੰ ਆਪਾਂ ਜੀ ਸੋਚ ਵੇਖ ਕੇ ਇਹਨਾਂ ਦੇ ਨਾਲ ਤੁਰੇ ਹਾਂ ਜੀ ਅਤੇ ਅੱਜ ਬਹੁਤ ਵੀਰਾਂ ਦਾ ਸਹਿਯੋਗ ਐੱਨ ਆਰ ਆਈ ਵੀਰ ਆ ਸਾਡੇ ਲੋਕਲ ਵੀਰ ਆ ਜਿਨ੍ਹਾਂ ਦੇ ਸਦਕੇ ਜੀ ਅੱਜ ਆਪਾਂ ਲੈਂਟਰ ਬਣਾ ਲਿਆ ਇਹ ਜਗ੍ਹਾ ਸੀਗੀ ਇਹ ਭਾਅ ਜੀ ਹੋਰਾਂ ਦੀ ਜਗ੍ਹਾ ਪਰਸਨਲ ਸੀਗੀ ਜਿਹੜੀ ਜੀ ਸੁਸਾਇਟੀ ਨੂੰ ਇਹਨਾਂ ਨੇ ਦੇ ਦਿੱਤੀ ਓਕੇ ਹਾਂਜੀ ਅਤੇ ਇਹ ਹੁਣ ਇਹਦੇ 'ਤੇ ਸਾਰੀ ਇਹਨਾਂ ਦਾ ਸੁਪਨਾ ਸੀਗਾ ਜੀ ਕਿ ਆਪਾਂ ਇੱਥੇ ਜਿਹੜੇ ਬੇਸਹਾਰਾ ਹੈਗੇ ਆ ਬਜ਼ੁਰਗ ਹੁੰਦੇ ਆ ਉਹਨਾਂ ਦੇ ਵਿੱਚ ਜੀ ਬੱਚੇ ਵੀ ਹੁੰਦੇ ਜਿਹੜੇ ਰੋਡ ਦੇ ਉੱਤੇ ਕੋਈ ਨਹੀਂ ਵੇਖਦਾ ਜੀ ਅਤੇ ਇੱਕ ਮੇਰਾ ਸਵਾਲ ਇੱਥੇ ਕਿ
अजक कई एन जी ओज खुलियां ने, कई सुसायटीज़ खुलियां ने, और माइंड ना करना तुसी पैसा सही तरह वरत रहे हो, सही जगह पर वरत रहे हो, जिहड़े वीर तुहाडा तुहाडे ते भरोसा करदे ने, पर कई एन जी ओज इदां दीआं ने जिहड़ियां मतलब ठगी का काम कर रही ने, उन्हां नूं की मैसेज देना चाहुंदे हो? नहीं जी, देखो हर किसी का अपना तरीका जी, आप अपना वेख सकते हाँ जो सू फाइनैशियली है अपना ग्रुप बनया हो जी, जो कोई सूँ पुछता उस क्लीयर कट दस दी जी आडा पिया हो इन्ना पैया पैसा पिया वा इन्ने फाइनैशियली है तो अगे आ खर्चा आ रहा। तो बाकी आप इदा करते हैं जी, कोशिश करते हैं वो तो वो कि आप डोनेशन एज आ जे कि सू इटा की लौड़ है इटा लै लीए ठीक है जी, या कि बिल है जिन्ना रेते वाले का बिल आ 10-15 हज़ार रुपया वो सीधा कॉन्टैक्ट दे दिए उन्होंने कि जी आना कॉन्टैक्ट है उन्होंने पे कर सकते हो सीधा जाके। अगे जिदा इतने आवगे परिवार आवगे और भी आप यही कोशिश करनी है कि सू राशन पहुँचता कर देने या लौटवंद जी दवाई हैगी दवाई पहुँचता कर देनी इतों तक। हाँ जी, सो भाजी की नाम है तुहाडा जी? मेरा नाम गुरबख सिंह है जी। गुरबख जी, किदां देखदे हो इस चीज़ में, एक वधिया उपराला जिहड़ा नौजवानों वालों किया जा रहा और तुहाडा भी सहयोग जिहड़ा उह नाल आ, की कहना चाहुंदे? देखो जी, बड़ी वड्डी सोच है इन्हां नौजवान मुंडिआं दी, जिथे तुसीं देख ही रहे हो पंजाब दे हालात कि जिद्दां असीं सारा पंजाब नशिआं नाल जा रहा, तो बड़ी खुशी हुंदी आ मुंडे सोचा। मैं थोड़ा ही 2 महीने पहलां इन्हां नाल जुड़िया वा क्योंकि मेरा रुझान सीगा समाज सेवा, कोई प्लेटफॉर्म नहीं सी मिल रहा, मैं अपने लोगों तो जिन्नी हुंदी करदा सीगा, पर जदों इन्हां नाल जुड़िया तो फिर मैं इन्हां दे नाल काफ़ी इत्थों तक हुण पहुंचे। हुण तुसीं देख ही रहे हो कि साडा घर बन रहा सुपनिआं दा घर। देखो सुपनिआं दा घर अहीं तां कहिंदे आ, देखो वीर मेरा कोई तकरीबन अहीं हिसाब नहीं दस सकदे किन्ना चिर कमा च रहा, तो गन्ने ही चूबदा रहा, तो उधर ही तो सुपनिआं दा घर ही आ भाजी आ झौंपड़ी है ना, जिहड़ा कदी बैठ ते सौं के नहीं वेख्या। चीज़ पुछना चाहना कि अज जिहड़ा पंजाब पंजां दरियावां दी धरती मन्निआ जांदा सी, छेवां दरिया जिहड़ा नशिआं दा वगदा पिआ, तां नौजवान खड़े ने, कैमरामैन नूं कहांगे तस्वीर दिखाई जावे कि हल्की उम्र के नौजवान है जिहड़े इस काम नूं जिहड़ा है वह अगे लैके जांदे पए ने, और मतलब छेवां दरिया जिहड़ा नशिआं दा भाजी वग चुका है, और इन्हां दी उम्र दे कई जिहड़े मुंडे कुड़ियां ने जवान वो नशिआं दे विच पै चुके ने, इन्हां वल वेख के होर नौजवानों की प्रेरणा मिलेगी? देखो जी, प्रेरणा मिलनी चाहिए आ, तुसीं देख रहे हो यंग ने, ये हुण देख रहे मेरे वीर है यंग ने, इन्हां नूं कोई घर का प्रैशर नहीं, क्योंकि प्रैशर आ जां कोई हैगा वा, ये अपनी इच्छा नाल इधरों जुड़े आ। तो मैं बेनती करांगा नौजवानों नूं, क्योंकि ये जन्म दोबारा नहीं मिलता, ये जिंदगी दोबारा नहीं मिलती, सो उन्हों नशियां च बर्बाद ना करो मेरे वीर, समाज सेवा करो, तुहाडा टाइम नहीं पास हुंदा ते कितें एडजस्ट करो। तो सो बेनती आ कि इस गलत एनर्जी पासे अपनी एनर्जी ना लाओ, उन्हों चंगे कम्मां च लाओ, तो नशियां नू ना कहो। भाई की नाम? सरदार चंदन सिंह। चंदन सिंह जी, की कहना चाहते हो नौजवानों वालों का उपराला किया जा रहा? वाहेगुरू जी का खालसा वाहेगुरू जी की फतेह। ये जो भाई बजित्र सिंह बिका जी यंग मैन ने और सुपनिया का घर जिहड़ा तैयार कर रहे हैं, मैं कहना कि समाज के अंदर जिहड़ा मिशन धन गुरु नानक साहब सच्चे पातशाह जी ने चलाया सी, उन्हां दा सुपना साकार करन ये बच्चे जा रहे हैं यंग मैन ने। और जदों मैं आले दुआले झाती मारदा कैप्सूल गोलियां नशे के टीके चिट्टा इन्ना कु समाज की दुर्गति हो रही है, नौजवान मर रहे हैं, पर इन्हां बच्चों वल देख के उन्हां जीआं नूं उन्हां बच्चों समझ आनी चाहिए तुहाडे चैनल के माध्यम राही कि असी भी अपने जीवन नूं बर्बाद ना करिए, नशियां दे रोड विच ना रोड़िए, बल्कि समाज की सेवा करके इतों उच्ची सिक्ख्या लैके तो सरबत दे भले सेवा सोसायटी दे नाल जुड़ के आपां एक चंगे नेक कर्म करिए। शुक्रिया जी। सो इत्थे नौजवान भी कुछ मौजूद ने, तो तुसीं देख सकते हो कि सोहने सोहने चेहरे और सिरां दे उत्ते दस्तारां जिहड़ियां ने सजाईआं होईआं ने, और गलबात भी कर लैंदे आ। भाजी की नाम है? मेरा नाम राजवीर है जी। राजवीर जी, कित्थों दे वसनीक हो और की कहना चाहुंदे हो इस जो काम तुहाडे वल्लों जिहड़ा रल के जिहड़ा इस काम नूं अंजाम दित्ता जा रिहा? मेरा पिंड झंडे चक है जी। हाँ जी, काम दे प्रति जे कही जाए ते इस वीर दे नाल मैं काफ़ी देर तो जुड़िया, मैनू 2-4 साल हो गए इस वीर दे नाल मिलते वरतते। मैं सिर्फ एक तुसी जिदा गल कर रहे सी बजुर्ग भी नशियां दे बारे, है ना, जदों भाजी तुहाडे इंटरनल तुहानू अकालपुर खालों जदों कॉल आउंदी आ ना, हर बंदे नू आउंदी आ, जदों असीं उस चीज़ नू सांभ लैंदे आ ते जिंदगी दा जिहड़ा मोड़ जिहड़ा वा उह यूटर्न लै लैंदा। कई बंदे उन्हूं कहिंदे वी नहीं यार अजे नहीं साडा नहीं अजे टाइम नहीं आया अजे अहीं बड़ी उम्र पई अजे कोई नहीं अजे खा पी लईए 10 साल कढ़ दईए 20 साल कढ़ दईए जदों आपां 45-50 जावांगे ते अहीं अपना कोटा पूरा कर लैणा वा। पर उह चीज़ भाजी इत्थे नहीं हैगी,
इस वीर दे करके मेरा पूरा यूटर्न मुड़िया वा मेरी जिंदगी का। मैं अज तो 2-3 महीने पहले कुछ होर ही, अज कुछ होर आडे सामने, तुम भी मैनू जानते पहले। मैं सिर्फ एक ही चीज़ कहना चाहना भी जी भी मेरे च तब्दीली हुई आ वो इस वीर की सांझ, इस वीर रह के, ये वीर दे नाल रह के फिर मेरा चेंज होया माइंड थोड़ा। अभी भी अपने आप को मोडीफाई किया वा भी नहीं यार कि चेर तुम 8-10 साल कर लोगे इधर भड़क लोगे उधर आ जाके फिर उत्थे ही आना, क्यों ना ही 10 साल पहले अपने ते जिहड़ा वा लागू करिए काम, है ना? ठीक है जी। तो बस इस अं भरा जुड़े जिते सानू कि साडी ड्यूटी लाऊगा अं उत्थे खड़े हाँ। ठीक है चेता जी, जिहड़ा वो नौजवान अंदर है उहदी किन्नी उम्र है, कोई उम्र का पता बोलता थोड़ा बहुत गलबात कर जी 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 तुम मिल सकते हो? हाँ जी हाँ जी। सो अंदर एक नौजवान है जिसनों दसिया जा रहा है कि किसी पिंड दे विचों लैके आए ने, तो उस नौजवान का कह लिए कि इन्हां वालों जो दसा गया कि सुपनिया का घर जिहड़ा बनता पिया इदां दे लोकां दा सुपनिया का घर है, तो तुसीं देख सकते हो कि राजू नाम है, राजू नाम है इस नौजवान का। बोल पाएगा थोड़ा? हाँ। इधर खाना खूना मिलता है अच्छे से मिलता है? मिलता है खाना? मिलता है। खुश है यहाँ पे? खुश है, हमको ले जाओ, हमको नहीं रुकेगा, हम नहीं। अच्छा अच्छा अच्छा, अपने घर जाना है? जाना है। अच्छा, तो ये देखभाल कर रहे हैं तेरी यहाँ पे? वैसे ये पाजी जितों ले अंदा उन्होंने मारिया मुरिया भी है जी सानू, आप संस्कार तो कितवा रहे सी, सानू कमाद दे विच निकले मिले सी। हाँ जी, तो इहदी बहुत ज़्यादा कंडीशन जिहड़ी माड़ी सी, तो थोड़ा बेचारा बोल नहीं पाता ठीक तरीके, क्योंकि गन्ने गुन्ने चुप के अपना गुजारा करता रहा। मतलब कुछ पता नहीं लगा? कुछ नहीं पता, डंटी प्रूफ कुछ अपने आप नूं आसाम दा दसदा, इहदा प्रोपर ड्रैस लभण दी कोशिश कर रहे हैं जी। सो तुसीं देख सकते हो कि इन्हां लोकां दा ही जिहड़ा है वह सुपनिया का घर की जिहड़ी गल की है, इन्हां लोकां दा ही वह घर बनता पिया है। तो हुण दस देना चाहुंदे आ कि इदां दे उपराले जदों नौजवानों वालों खास करके किए जाते हैं, तो कितने ना कि पंजाब का भविख जिहड़ा है वह वधिया जिहड़ा है वह दिखता नज़र आता है। तो एक बहुत वड्डा उपराला, एक होर गल दसना चाहुंदा इत्थे कि अज का जो जमाना है भरा भरा जिहड़ा है वह एक मरले के पिछे वड्डन तैयार हो जाता है, लेकिन इस वीर वालों जिहड़ा उपराला किया गया अपनी ही जमीन जिहड़ा है इस संस्था दे विच जिहड़ा उह कन्वर्ट किया गया, और इस संस्था नूं जिहड़ी अपनी जमीन दित्ती गई है उस उत्ते जिहड़ा है सुपनिया दा घर बनता पिया है, जिहदे विच जो बेसहारा लोग ने जिन्हां दा कोई नहीं है, जो सड़कां ते घूमदे ने जां किसी दी कैद दे विच ने, उन्हां नूं छुड़ा के ये वीर लिआउंदे ने। वीर एक बार अपना कॉन्टैक्ट नंबर दस दिओ। मेरा कॉन्टैक्ट नंबर है जी 6293-4300-88। एक बार फिर थोड़ा स्लो, 6293-4300-88। सो तुसीं कॉन्टैक्ट नंबर नोट कर सकते हो, असीं मैनशन भी कर देंगे न्यूज़ दे विच, तां कोई भी तुहाडे नेड़े तेड़े कोई इदां दी कोई मतलब तुहानूं कोई व्यक्ति कोई औरत कोई बच्चा मिलता है कि जिसका कोई नहीं जो बेसहारा है जां उसदे उत्ते जुल्म ढाए जा रहा है, तुसीं इस नंबर दे उत्ते इस सोसाइटी नाल गलबात कर सकते हो। सो साडे चैनल वालों भी इदां दी संस्थावां नूं जिहड़ा है वह सल्यूट है, अते हुण देखना यह मुनाफिस होवेगा कि जदों इदां दे नौजवान इदां दे उपरालिआं नूं जिहड़ा अगे गांह वधाउंदे ने, तां जिहड़े नौजवान नशियां दे विच डुब्बे पए ने उहनां ते इहनां चीज़ां दा की असर हुंदा। सो होर भी अपडेट अपने चैनल दे माध्यम नाल तुहानूं सांझियां करदे रहांगे अपने सहयोगी राजन रंधावा दे नाल। मैं राजेश अलूणा, KRT न्यूज़, दीनानगर।